ਮੈਨੂੰ ਪਿਛਲੇ ਕੁਛ 2 ਸਾਲਾਂ ਤੋਂ ਪਿੱਤੇ ਦੇ ਵਿੱਚ ਪੱਥਰੀ ਦੀ ਸ਼ਿਕਾਇਤ ਸੀ। ਮੈਂ ਡਾਕਟਰ ਸਾਹਿਬ ਕੋਲ ਆਇਆ, ਉਹਨਾਂ ਨੇ ਮੇਰੀ ਸਕੈਨਿੰਗ ਕੀਤੀ, ਪਿੱਤੇ 'ਚ ਸਵੈਲਿੰਗ ਸੀ। ਸਵੇਰੇ 10 ਵਜੇ ਮੇਰੀ ਸਰਜਰੀ ਹੋ ਗਈ, ਜੋ ਕਿ ਲੈਪਰੋਸਕੋਪਿਕ ਸਰਜਰੀ ਸੀ, ਔਰ ਅਗਲੇ ਦਿਨ ਹੀ ਸਵੇਰੇ ਮੈਨੂੰ 10-11 ਵਜੇ ਛੁੱਟੀ ਦੇ ਦਿੱਤੀ ਗਈ, ਔਰ 2 ਦਿਨ ਦੇ ਵਿੱਚ ਹੀ ਮੇਰੀ ਰਿਕਵਰੀ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਣਜੀਤ ਸਿੰਘ। ਮੈਨੂੰ ਪਿਛਲੇ ਕੁਛ 2 ਸਾਲਾਂ ਤੋਂ ਪਿੱਤੇ ਦੇ ਵਿੱਚ ਪੱਥਰੀ ਦੀ ਸ਼ਿਕਾਇਤ ਸੀ। ਬੜੀ ਤਕਲੀਫ ਹੁੰਦੀ ਸੀ। ਅਤੇ ਮੇਰੇ ਕੁਛ ਡਾਕਟਰੀ ਲਾਈਨ ਦੇ ਵਿੱਚ ਮੇਰੇ ਫਰੈਂਡ ਸਨ, ਉਹਨਾਂ ਨੇ ਸਟਾਰ ਹੋਸਪਿਟਲ ਵਿੱਚ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਜੀ ਨੂੰ ਕੰਸਲਟ ਕਰਨ ਦੀ ਸਲਾਹ ਦਿੱਤੀ। ਮੈਂ ਡਾਕਟਰ ਸਾਹਿਬ ਕੋਲ ਆਇਆ, ਉਹਨਾਂ ਨੇ ਮੇਰੀ ਸਕੈਨਿੰਗ ਕੀਤੀ, ਪਿੱਤੇ 'ਚ ਸਵੈਲਿੰਗ ਸੀ। ਉਸ ਤੋਂ ਬਾਅਦ ਅਗਲੇ ਦਿਨ ਉਹਨਾਂ ਨੇ ਮੈਨੂੰ ਸਰਜਰੀ ਦਾ ਟਾਈਮ ਦਿੱਤਾ। ਸਵੇਰੇ 10 ਵਜੇ ਮੇਰੀ ਸਰਜਰੀ ਹੋ ਗਈ, ਜੋ ਕਿ ਲੈਪਰੋਸਕੋਪਿਕ ਸਰਜਰੀ ਸੀ, ਜਿਸ ਦੇ ਵਿੱਚ ਬਹੁਤ ਹੀ ਮਾਈਨਰ 4 ਕੱਟ ਲੱਗੇ ਸੀ। ਉਹ ਮੈਨੂੰ ਬਿਲਕੁਲ ਹੀ ਨਹੀਂ ਪਤਾ ਲੱਗਾ। ਮੈਂ ਬਿਲਕੁਲ ਓਪਰੇਸ਼ਨ ਥੀਏਟਰ ਵਿੱਚ ਵੀ ਬਿਲਕੁਲ ਮੈਨੂੰ ਕੋਈ ਤਕਲੀਫ ਨਹੀਂ ਹੋਈ। ਸਰਜਰੀ ਤੋਂ ਬਾਅਦ ਵੀ ਜਦੋਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਆਪ ਉੱਠ ਕੇ ਸਟ੍ਰੈਚਰ 'ਤੇ ਲੰਮੇ ਪੈ ਸਕਦੇ ਹੋ, ਤਾਂ ਮੈਂ ਆਪ ਹੀ ਉੱਠ ਕੇ ਸਟ੍ਰੈਚਰ 'ਤੇ ਲੰਮੇ ਪੈ ਗਿਆ। ਔਰ ਅਗਲੇ ਦਿਨ ਹੀ ਸਵੇਰੇ ਮੈਨੂੰ 10-11 ਵਜੇ ਛੁੱਟੀ ਦੇ ਦਿੱਤੀ ਗਈ, ਔਰ 2 ਦਿਨ ਦੇ ਵਿੱਚ ਹੀ ਮੇਰੀ ਰਿਕਵਰੀ ਹੋ ਗਈ। ਯਾਨੀ ਕਿ ਮੇਰੇ ਜੋ ਸੁਰਾਖ ਮਾਰੇ ਸੀ ਬੋਡੀ ਦੇ ਵਿੱਚ, ਉਹਨਾਂ ਦੀ ਮੈਨੂੰ ਕੋਈ ਪੇਨ ਨਹੀਂ ਹੋਈ। ਔਰ ਮੈਂ ਸਭ ਨੂੰ ਇਹੀ ਸੁਜੈਸਟ ਕਰਾਂਗਾ, ਜੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਹੈ, ਪਿੱਤੇ 'ਚ ਪੱਥਰੀ ਜਾਂ ਗੁਰਦੇ 'ਚ ਪੱਥਰੀ, ਤਾਂ ਉਹ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਸਟਾਰ ਹੋਸਪਿਟਲ ਗੁਰੂ ਨਾਨਕ ਮਿਸ਼ਨ ਚੌਂਕ ਵਿੱਚ ਆ ਕੇ ਸੰਪਰਕ ਕਰਨ। ਧੰਨਵਾਦ।